ਭਾਈ ਅੱਜ ਦਾ ਕਰਦੇ ਹਾਂ ਬ੍ਰੇਕਫਾਸਟ ਰੈਡੀ। ਇਹ 50 ਗ੍ਰਾਮ ਓਟਸ ਪਾ ਲਿਆ ਅਤੇ ਥੋੜ੍ਹਾ ਜਿਹਾ ਸਿਨਮਨ ਪਾਊਡਰ ਪਾ ਲਿਆ ਅਤੇ ਚੀਆ ਸੀਡ ਪਾ ਲਿਆ। ਬਾਕੀ ਆਪਾਂ ਹਾਂ ਡੀਜ਼ਲ ਦਾ ਪ੍ਰੋਟੀਨ ਲਿਆਂਦਾ ਹੋਇਆ, ਇੱਕ ਸਕੂਪ ਇਹ ਪਾ ਲੈਣਾ ਜਦੋਂ ਰੈਡੀ ਹੋ ਗਿਆ, ਅਤੇ ਫਰੈਸ਼ ਬਲੂਬਰੀ ਪਾ ਲੈਣੀ ਆ, ਅਤੇ ਇੱਕ ਚਮਚ ਪੀਨਟ ਬਟਰ ਦਾ ਪਾ ਕੇ ਅਤੇ ਬ੍ਰੇਕਫਾਸਟ ਆਪਣਾ ਬਣ ਜਾਣਾ। ਇਹਨੂੰ ਹੁਣ 3 ਕੁ ਘੰਟੇ ਦੇ ਰੱਖਦੇ ਹਾਂ, ਜਾ ਕੇ ਉੱਥੇ ਮਿਲ 'ਚ ਜਾਂ ਤੇ ਰੈਡੀ ਹੋ ਜਾਣੇ ਫਿਰ ਖਾਵਾਂਗੇ। ਚਲੋ ਕੀ ਹਾਲ ਚਾਲ ਆ ਜੀ, ਠੀਕ ਠਾਕ ਹੋ ਸਾਰੇ? ਠੀਕ ਠਾਕ ਹੀ ਚਾਹੀਦੇ ਆ। ਲਓ ਜੀ ਆਪਾਂ ਆ ਗਏ ਸੀਗੇ ਫੋਰਟ ਸੇਂਟ ਜੌਨ, ਫੋਰਟ ਸੇਂਟ ਜੌਨ BC ਦੇ ਵਿੱਚ ਪੈ ਜਾਂਦਾ ਇਹ, ਅਤੇ ਆਪਾਂ ਇੱਥੋਂ ਚੱਕਣਾ ਲੰਬਰ ਦਾ ਲੋਡ ਅਤੇ ਜਾਣਾ ਰਿਚਮੈਂਟ BC ਕਰੀ ਜਾਂਦੀ ਆ BB ਲੋਡ। ਯੰਗ ਜੀ ਆ ਕੁੜੀ, ਭਜਾਈ ਕਰਦੀ ਆ ਫੋਰ ਕਲੈਫਟ ਜੀ, 2 ਕੁ ਪੀਜ਼ਾ ਰੱਖ ਕੇ ਮੈਨੂੰ ਕਹਿੰਦੀ ਸਹੀ ਰੱਖਦੀ ਆ। ਸਹੀ ਆ ਸਹੀ ਆ, ਦੱਬੀ ਆਵੇ ਕੋਈ ਨੀ। ਅਤੇ ਇਹਨੇ ਮੈਨੂੰ ਦੱਸੀ ਹੈ, ਇਹ ਕਹਿੰਦੀ ਮੈਂ ਗਲਤ ਹੋਈ ਹੈਗਾ, ਠੀਕ ਹੈ ਕੋਈ ਚੱਕਰ ਨਹੀਂ, ਤੂੰ ਲਈ ਆ ਦੱਬੀ ਆ, ਲੋਡ ਮੇਰਾ ਫੇਵਰਟ ਆ ਇਹ, ਕਹਿੰਦਾ ਹੈ ਲੰਬਰ ਦਾ ਵਧੀਆ ਹੈ ਨਾ, ਅਤੇ ਨੋ ਟਾਰਪ ਮਾਰ ਕੇ ਬੈਲਟ ਆਪਾਂ ਜਾਣਾ ਦੇ ਇੱਕ ਚੱਲ ਹੈਗੇ 16-16 ਫੁੱਟੇ 32 ਫੁੱਟਾਂ ਮੂਹਰੇ ਬਣਾ ਲੈਣਾ ਉਹਨੇ, ਅਤੇ ਬੱਤੀ ਫੁੱਟਾਂ ਹੀ ਆਪਣੇ ਪਿਛਲੇ 28 ਫੁੱਟੇ ਟ੍ਰੇਲਰ 'ਤੇ ਬਣਾ ਲੈਣਾ, ਉਹ ਥੋੜ੍ਹਾ ਜਿਹਾ ਓਵਰ ਹੈਂਗ ਹੋ ਜਾਂਦਾ ਹੈ ਨਾ, ਅਤੇ ਨੈਰੋ ਲੋਡ ਆ, ਵਧੀਆ ਲੋਡ ਆ, ਅਤੇ ਦੱਬੀ ਜਾਵਾਂਗੇ, ਟਰਾਈ ਕਰਾਂਗੇ ਕੱਲ੍ਹ ਨੂੰ ਲਾਉਣ ਦੀ ਹੈ ਨਾ, ਅਤੇ ਅੱਜ 100 ਮਾਈਲ ਬੁੱਕ ਜਾ ਬੜੀ ਤਾਂ ਵਧੀਆ ਗੱਲ ਹੀ ਆ, ਬਾਕੀ ਦੇਖਦੇ ਹਾਂ ਰਾਹ ਰੂਹ ਕਿੱਦਾਂ ਦਾ ਹੈ ਨਾ, ਜੇ ਤਾਂ ਸਹੀ ਹੋਇਆ ਤਾਂ ਫਿਰ ਦੱਬੀ ਚੱਲਾਂਗੇ, ਜੇ ਬੈਡ ਬੂਡ ਹੋਇਆ ਤਾਂ ਫਿਰ ਉਸ ਹਿਸਾਬ ਨਾਲ ਦੇਖ ਲਵਾਂਗੇ ਕਿੱਦਾਂ ਚੱਕਰ ਬੱਕਰ। ਅੱਜ ਦਾ ਸਟਿੱਕਰ ਲੱਗੇ ਆ ਹੈ ਨਾ ਆਪਣੇ ਹਾਈ ਵੈਲੀ ਕੋਪਰ ਵਾਲਿਆਂ ਦਾ, ਬੈਸਟ ਫਰੇਜ਼ਰ ਇੱਦਾਂ, ਇਹ ਸਾਰੇ ਇਹਨਾਂ ਨੇ ਮਿੱਲਾਂ ਦੀ ਓਰੀਓਟੇਸ਼ਨ ਕੀਤੀ ਹੋਈ ਆ, ਓਰੀਓਟੇਸ਼ਨ ਇਹਨਾਂ ਦੇ ਲਾਈ ਹੁੰਦੀ ਆ, ਅਤੇ ਫਿਰ ਇਹਨਾਂ ਨੂੰ ਹੁੰਦਾ ਵੀ ਪਤਾ ਬੰਦੇ ਨੂੰ ਸਾਡੇ ਰੂਲਾਂ ਦਾ ਵੀ ਕੀ ਹਿਸਾਬ ਕਿਤਾਬ ਹੈ ਕੀ ਨਹੀਂ ਹੈ ਨਾ, ਉਹ ਤੌਲੀਆ ਪਿਆ ਪਤਾ ਜਿਹਦੇ ਗੱਲ ਸ਼ਾਵਰ ਲਿਆ ਸੀ ਉੱਥੇ ਗ੍ਰੈਂਡ ਪਲੇਰੀ, ਆਪਾਂ ਸੁੱਕਣਾ ਪਾਇਆ ਸੀਗਾ, ਚੱਲ ਸੁੱਕ ਕੇ ਥੱਲੇ ਡਿੱਗ ਪਿਆ ਉੱਪਰ ਟੰਗਿਆ ਸੀ ਉੱਥੇ। ਯਾਰ ਮੇਰਾ ਨਾ ਉਹ ਖਰਾਬ ਹੋ ਗਿਆ ਮਾਈਕ ਜਾਂ DJI ਦਾ ਮਾਈਕ ਜਿਹਾ ਖਰਾਬ ਹੋ ਗਿਆ ਥੋੜ੍ਹਾ ਜਿਹਾ, ਉਹ ਕਰਨਾ ਸੈੱਟ ਕਰਦੇ ਹਾਂ, ਕੋਈ ਨਹੀਂ ਆਰਡਰ ਹੀ ਕਰਨਾ ਪੈਣਾ ਮੈਨੂੰ ਉਹਦਾ ਪਾਰਟ ਜਿਹਾ ਜਿਹੜਾ ਨਵਾਂ ਥਰੜਾ ਹੈ ਨਾ ਐਮਾਜ਼ੋਨ ਤੋਂ ਅਡਾਪਟਰ ਜਿਹਾ ਉਹਦਾ ਆਰਡਰ ਕਰਨਾ ਪੈਣਾ, ਬਾਕੀ ਤਾਂ ਸਹੀ ਆ ਕਹਾਣੀ ਸਾਰੀ, ਅਤੇ ਦੇਖਦੇ ਹਾਂ ਬਹੁਤ ਟਾਈਮ ਜੇ ਲੱਗਣਾ ਲੋਡ ਨੂੰ ਕਰੀ ਜਾਂਦੀ ਛੇਤੀ, 2 ਹਾਈ ਤਾਂ ਹੋ ਗਿਆ ਆਲਮੋਸਟ, ਬਸ ਮਾਰ ਕੇ ਬੈਲੀਆਂ ਅਤੇ ਫਿਰ 3 ਹਾਈ ਕਰ ਦੂਗੀ, ਫਿਰ ਮਾਰ ਕੇ ਬੈਲਟਾਂ 'ਤੇ ਭੱਜ ਲਵਾਂਗੇ, ਬ੍ਰੇਕਫਾਸਟ ਕਰ ਲਿਆ ਓਟਮੀਲ ਖਾ ਲਈ ਆਪਾਂ, ਅਤੇ ਬਾਕੀ ਗਾਂ ਦੇਖਾਂਗੇ। ਚਲੋ ਮਿੱਤਰੋ ਆ ਜਾਓ ਚੱਕਦੇ ਹਾਂ ਲੋਡ ਫਿਰ ਦਿਖਾਉਂਦੇ ਹਾਂ। ਆਪਣੇ
ਦਿਨਾਂ ਚੋਂ ਤਾਂ ਪਈ ਜਾਂਦੀ ਆ ਤੇ ਉਹ ਵੀ ਉੱਥੋਂ ਮੁੜ ਗਿਆ ਚਲਾ ਬੈਗ ਤੋਂ ਬੈਗ ਹਨਾ ਤੇ ਉੱਧਰ ਵੀ ਕਹਿੰਦਾ ਖਰਾਬ ਹੀ ਰਹਿਵਲ ਸਟੋਕ ਨੂੰ ਗੋਲਡਨ ਤੋਂ ਬੰਦ ਕੀਤਾ ਐਵਲ ਚ ਕੰਟਰੋਲ ਕਰਕੇ ਉਹੀ ਕੱਲ੍ਹ ਨੂੰ ਕਹਿੰਦਾ ਅਸੀਂ 10 ਵਜੇ ਖੁੱਲਣਾ ਸਵੇਰੇ ਤੇ ਤਾਂ ਕਰਕੇ ਉੱਧਰ ਵੀ ਬਾਹਲਾ ਬੈਡ ਹੋਇਆ ਪਿਆ ਚੇਨਾਂ ਚੋਂ ਤਾਂ ਸਵੇਰ ਦੀਆਂ ਵੀ ਕੱਲ੍ਹ ਪਰਸੋਂ ਦੀਆਂ ਪਈ ਜਾਂਦੀਆਂ ਚੇਨਾਂ ਦੋ ਤਿੰਨ ਦਿਨ ਹੀ ਹੋਏ ਚੇਨਾਂ ਪੈਂਦੀਆਂ ਨੂੰ ਤੇ ਬੜਾ ਬੁਰਾ ਹਾਲ ਹੋਇਆ ਪਿਆ ਤੇ ਬਾਕੀ ਹੌਲੀ ਹੌਲੀ ਤੁਰੇ ਚੱਲਦੇ ਹਾਂ ਦੱਬੀ ਚੱਲਦੇ ਹਾਂ ਦੇਖਦੇ ਹਾਂ ਗਾਹ ਕੀ ਬਣਦਾ ਆ ਅਤੇ ਹੋਰ ਘੇੜੀ ਆ ਥੋੜ੍ਹਾ ਜਿਹਾ ਪੈਰ ਚੱਕ ਕੇ ਚੱਲ ਜਾਵਾਂਗੇ ਬਾਕੀ ਸਿੱਧਾ ਸਿੱਧਾ ਤਾਂ ਓਕੇ ਆ ਲੋਡ ਮੈਂ ਪਹਿਲਾਂ ਹੀ ਜ਼ਿਆਦਾ ਥੋੜ੍ਹਾ ਡਰਾਈਵ 'ਤੇ ਭਾਰ ਓਵਰ ਕਰਵਾ ਲਿਆ ਸੀਗਾ ਡਰਾਈਵ 'ਤੇ ਔਲਰੇਡੀ ਉੱਥੋਂ ਕੁੜੀ ਨੂੰ ਉਹਨੂੰ ਮੈਂ ਕਹਿਤਾ ਸੀ ਮੈਂ ਕਿਹਾ ਵੀ ਤਾਂ ਜੇ ਮੈਂ ਰੋਡ ਰਾਡ ਖਰਾਬ ਹੁੰਦੇ ਆ ਨਾ ਵਿੰਟਰ ਦੇ ਵਿੱਚ ਕਹਿੰਦੇ ਜੀ ਉਹ ਸਟੀਲ ਵਾਲੇ ਆਪਣੇ 500 ਕਿਲੋ ਛੱਡ ਦਿੰਦੇ ਆ ਡਰਾਈਵ ਦੇ ਉੱਤੇ ਵਿੰਟਰ ਦੇ ਵਿੱਚ ਨਹੀਂ ਕੋਈ ਗਾਲਾਂ ਨਿਕਲ ਪਾਉਂਦੇ ਹੈਗੇ 500 ਕਿਲੋ 500 ਕਿਲੋ ਨੂੰ 500 ਕਿਲੋ ਡਰਾਈਵ 'ਤੇ ਮੁੜ ਕੇ ਓਵਰ ਕਰਾ ਲਿਆ ਜੀ ਉਹਨਾਂ ਵਧੀਆ ਡਰੈਕਸ਼ਨ ਜੀ ਬਣੀ ਜਾਂਦੀ ਆ ਬਾਕੀ ਮਿੱਤਰੋ ਦੱਬੀ ਚੱਲਦੇ ਹਾਂ ਅਤੇ ਗਾਹ ਸੋਚਦਾ ਵੀ ਜੋਰਜ ਲਾਉਣਾ ਬ੍ਰੇਕ ਅਤੇ ਜਾਂ ਕਨਾਲ ਲਾਉਣਾ ਆ ਉੱਥੇ ਆਪਣੇ ਖੜ੍ਹਦੇ ਹਾਂ ਰੋਟੀ ਪਾਣੀ ਛੱਕਦੇ ਹਾਂ ਅਤੇ ਫਿਰ ਗਾਹ ਦੀ ਵਾਟ ਕੱਢਾਂਗੇ ਹੈ ਨਾ ਬੱਚਿਆਂ ਵਾਲੇ ਜਾਂਦੇ ਆ ਭਾਈ ਦੱਬੀ ਹੈ ਸਾਰੇ ਚਲੋ ਟਰੀ ਟਰੂ ਜਿਹਾ ਭਰੇ ਪਏ ਯਾਰ ਇਹ ਪਤੰਦਰ ਇਹਨਾਂ ਜੋ ਜਾਂਦੇ ਨਾ ਓਵਰਟੇਕ ਕਰਦੇ ਆ ਅਤੇ ਉਹ ਮਜਰੀ ਬਹੁਤ ਮਾਰਦੇ ਆ ਟਾਇਰਾਂ ਦੇ ਨਾਲ ਕਈ ਜਿਹੜੀ ਆ ਜਿਹੜੀਆਂ ਚਿੱਪ ਚੁੱਪ ਜਿਹਾ ਪਏ ਆ ਅਤੇ ਇਹਨਾਂ ਨਾਲ ਹੀ ਪਏ ਹੋਏ ਆ ਟਾਇਰਾਂ ਨਾਲ ਮੁੜ ਕੇ ਮਜਰੀ ਬਹੁਤ ਪਿੱਛਾਂ ਤੱਕ ਗੋਲੀ ਜਾਂ ਘਾਉਂਦੀ ਆ ਨਾ ਇਹ ਵੱਡੀ ਵੱਡੀ ਮਾਰ ਜਾਂਦੀ ਰਹੇ ਟਾਇਰਾਂ 'ਚ ਆਣ ਕੇ ਸ਼ੀਸ਼ੇ ਭਰ ਦਿੰਦੀ ਆ ਨਾ ਉਹਦੇ ਕਰਕੇ ਫਿਰ ਮੁੜ ਕੇ ਜਾਲਾ ਜੀ ਹੀਟ ਲਾਈ ਦੀ ਆ ਫਿਰ ਕਰੈਕ ਬਹੁਤ ਛੇਤੀ ਆਉਣ ਦਾ ਡਰ ਰਹਿੰਦਾ ਹੈ ਨਾ ਅਤੇ ਫਿਰ ਪੱਕਾ ਪੈਂਦਾ ਚਲੋ ਆਇਓ ਮਿੱਤਰੋ ਦੱਬੀ ਚੱਲਦੇ ਹਾਂ ਗਾਹ ਦੇਖਦੇ ਹਾਂ ਕੀ ਬਣਦਾ ਲਿਜੀ ਪੈ ਗਈ ਥੋੜ੍ਹੀ ਜਿਹੀ ਟਰੱਕ ਦੱਸ ਗਿਆ 40 ਤੇ ਆ ਗਿਆ ਅਤੇ ਕੱਲ੍ਹ ਨੂੰ ਲੋਡ ਧਵਾਉਣਾ ਵੀ ਪੈਣਾ ਆ ਉੱਥੇ ਧਵਾ ਕੇ ਲਾਉਣਾ ਪੈਣਾ ਕਿਉਂਕਿ ਉਹਦਾ ਉਹਨਾਂ ਦੀ ਪੋਲਿਸੀ ਬਣਾਈ ਹੋਈ ਆ ਵੀ ਲੈਣਾ ਦੀ ਲੋੜ ਹੋਣੀ ਆ ਨਾ ਅਤੇ ਵਾਸ਼ ਕਰਾਉਣਾ ਪੈਣਾ ਵਾਸ਼ ਕਰਾ ਕੇ ਤੇਲ ਗਲਤ ਕਰਨਾ ਪੈਣਾ ਥੋੜ੍ਹਾ ਜਿਹਾ ਅਤੇ ਚਲੋ ਸਪਰੇ ਚੱਲਦੇ ਹਾਂ ਅਤੇ ਦੇਖਦੇ ਹਾਂ ਜਾਂ ਅਤੇ ਗਾਹ ਕਿੱਦਾਂ ਸਾਫ਼ ਦਾ ਗੋਰੇ ਦੀ ਗੱਡੀ ਡੈਗ ਪੀ ਅਤੇ ਮੈਨੂੰ ਕਹਿੰਦਾ ਹੈਲਪ ਕਰਾ ਦੇ ਯਾਰ ਕਹਿੰਦਾ ਚੇਨ ਪਾ ਕੇ ਖਿੱਚ ਦੇ ਮੈਂ ਚੱਲ ਟਰਾਈ ਕਰ ਲੈਂਦੇ ਭਰਾ ਹੈ ਨਾ ਅਤੇ ਇਹ ਆ ਚਲੋ ਹੈਲਪ ਹੀ ਹੁੰਦੀ ਆ ਹੈ ਨਾ ਅਤੇ ਟਰਾਈ ਕਰਕੇ ਦੇਖ ਲੈਂਦੇ ਹਾਂ ਆਪਣੇ ਕੋਲ ਜਦ ਲੋਡ ਭਾਰਾ ਲੋਡ ਸਲਿੱਪਰੀ ਵਾਲੀ ਜ਼ਿਆਦਾ ਹੈ ਨਾ ਯਾਰ ਕਰਤੀ ਇਹਨਾਂ ਦੀ ਚਲੋ ਆਪਣੀਆਂ ਰੱਖੀਆਂ ਚੀਨਾਂ ਚੀਨਾਂ ਸਬਰ ਵੀ ਦਿੱਲੀ ਹੋ ਗਈ ਆਪਣੀ ਮੈਂ ਤਾਂ ਹੋ ਗਿਆ ਚਲੋ ਪਤਾ ਖੱਦਾ ਹੀ ਆ ਰੋਡ ਬਹੁਤ ਜ਼ਿਆਦਾ ਸਲਿੱਪਰੀ ਹੋਏ ਆ ਬਾਹਲੇ ਜ਼ਿਆਦਾ ਆ ਆਪਣੇ ਦੇਖਣ 'ਚ ਸ਼ਾਇਦ ਘੱਟ ਲੱਗਦੇ ਹੋਣ ਬਹੁਤ ਜ਼ਿਆਦਾ ਆਪਣੇ ਇੱਕ ਪ੍ਰਾਈਸ ਜੰਮੀ ਹੋਈ ਆ ਥੱਲੇ ਲੋਕਾਂ ਦੇ ਲਾਈਨਾਂ ਲੂਨਾਂ ਕਦੇ ਨਹੀਂ ਦੀਦੀਆਂ ਕਿੱਧਰ ਆ ਕੀ ਹਿਸਾਬ ਕਿਤਾਬ ਸੈਂਡ ਸੂੰਡ ਵੀ ਨਹੀਂ ਸੁੱਟੀ ਪਤੰਦਰਾਂ ਨੇ ਮਗਰ ਤਾਂ ਬਹੁਤ ਸੈਂਡ ਸੱਟੀ ਹੋਈ ਸੀਗੀ ਇੱਥੇ ਹੈਰੀ ਜਮ੍ਹਾਂ ਹੀ ਇੱਥੇ ਬਾਹਲੀ ਜ਼ਿਆਦਾ ਸਲਿੱਪਰੀ ਆ ਹੈ ਨਾ ਅਤੇ ਉਹ ਬਹੁਤ ਜ਼ਿਆਦਾ ਥੈਂਕ ਯੂ ਕਰੀ ਜਾਂਦਾ ਜੀ ਗੋਰਾ ਅਤੇ ਗੋਰੀ ਦੋਨੇ ਜਾਣੇ ਸੀਗੇ ਮਾਂ ਪੁੱਤ ਲੱਗਦੇ ਸੀਗੇ ਬਾਕੀ ਪਤਾ ਨਹੀਂ ਹੁਣ ਅਤੇ ਬੜਾ ਐਪਰੀਸ਼ੀਏਟ ਕਰਕੇ ਵਿਚਾਰੇ ਹੈ ਨਾ ਚੱਲ ਉਹਨਾਂ ਦੀ ਕਾਰ ਨਿਕਲ ਗਈ ਹੈ ਨਾ ਆਪਾਂ ਨੂੰ ਮਿੰਟ 15 ਦੇਖ ਲੱਗੇ ਪੂਰੇ ਹੈ ਨਾ ਮੈਂ ਲੋਕ ਟੋਕ 'ਤੇ ਦੇਖਿਆ ਪੂਰੇ 15 ਮਿੰਟ ਲੱਗੇ 15 ਮਿੰਟ ਆਏ ਕਾਰ ਕੱਢ ਕੇ ਫਾਲੀ ਬਾਹਰ ਉਹਨਾਂ ਦੀ ਆਪਾਂ ਅਤੇ ਚਲੋ ਮਹਾਰਾਜ ਕਰਾਉਣ ਵਾਲਾ ਇੱਦਾਂ ਚਲੋ ਆਪਾਂ ਇਹ ਨਹੀਂ ਹੈਲਪ ਕਰਦੇ ਹਾਂ ਆਪਣੀ ਰਾਹ ਕਿਹੜੇ ਹੈਲਪ ਕਰੂਗਾ ਹੈ ਨਾ ਅਤੇ ਮਹਾਰਾਜ ਤਾਂ ਪਰਦੇਸ ਆਈ ਆ ਚਲੋ ਅਤੇ ਹੈਲਪ ਕਰਨੀ ਵੀ ਚਾਹੀਦੀ ਆ ਹਾਂ ਜੇ ਮੈਂ ਟੱਪ ਜਾਂਦਾ ਹੈ ਨਾ ਇੱਥੇ ਵਿਚਾਰੇ ਖੱਜਲ ਹੋਈ ਜਾਂਦੇ ਇੱਥੇ ਰੇਂਜ ਵੀ ਨਹੀਂ ਆਉਂਦੀ ਚੱਜ ਨਾਲ ਹੈ ਨਾ ਟੋ ਵਾਲੇ ਨੂੰ ਕਾਲ ਕਰਦੇ ਕਦੋਂ ਟੋ ਵਾਲਾ ਹੁੰਦਾ ਇੱਥੇ ਬੈਠੇ ਰਹਿੰਦੇ ਹੈ ਨਾ ਰਾਤ ਤੱਕ ਅਤੇ ਚਲੋ ਆਪਣਾ ਕੁਛ ਗਿਆਨ ਨਹੀਂ ਹੈਗਾ ਉਹਨਾਂ ਦੀ ਹੈਲਪ ਹੋ ਗਈ ਵਿਚਾਰਿਆਂ ਦੀ ਹੈ ਨਾ ਮਿੰਟ 15 ਲੱਗੇ 15 ਮਿੰਟਾਂ 'ਚ ਅਤੇ ਕੱਢ ਕੇ ਗੱਡੀ ਉਹ ਪਾਈ ਉਹਨਾਂ ਦੀ ਆਪਾਂ ਅਤੇ ਚਲੋ ਐਂ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਹੈ ਅਤੇ ਕਰਿਆ ਵੀ ਕਰੋ ਮੇਰੇ ਭਰਾ ਨਾ ਸਾਰੇ ਇੱਕ ਦੂਜੇ ਦੀ ਹੈਲਪ ਉਹਦੇ ਚਲੋ ਰਾਹ ਖੜ੍ਹੇ ਜੀ ਖੜ੍ਹਾ ਬੰਦਾ ਹੈ ਨਾ ਅਤੇ ਚਲੋ ਮਿੱਤਰੋ ਕਰ ਲਈਏ ਡਰਾਈਵ ਧਿਆਨ ਨਾਲ ਅਤੇ ਆਪਣੇ ਸ਼ਹਿਰ 'ਚ ਆ ਕੇ ਉੱਥੇ ਲਾਉਂਦੇ ਹਾਂ ਬ੍ਰੇਕ ਨੂੰ ਬਸ ਤੇਲ ਪਾਉਂਦੇ ਹਾਂ ਨਾਲੇ ਸਾਡੇ ਕੀ ਨਿਕਲ ਰਿਹਾ ਮਿੱਤਰੋ ਗੱਡੀ ਆ ਗਈ ਜੋਰਜ ਤੇਲ ਭਰਾਈ ਜਾਂਦੇ ਹਾਂ ਰੇਟਾ ਰੁਟਾ ਵੀ ਕਰਾਈਏ ਸਾਫ਼ ਆ ਸਨੋਹ ਦੇਖੋ ਕਹਿੰਦਾ ਚੁੰਬੜੀ ਪਈ ਆ ਭਰਿਆ ਪਿਆ ਸਾਰਾ ਹੈ ਨਾ ਹਾਂ ਵੇ ਕਿੱਦਾਂ ਥੱਲਿਓ ਸਾਰਾ ਲੱਤ ਪੱਤ ਹੋਇਆ ਪਿਆ ਆਪਣੇ ਲਾਈਟਾਂ ਥੋੜ੍ਹੀਆਂ ਸਾਫ਼ ਕਰਨ ਵਾਲੀਆਂ ਕਰ ਦਈਏ ਹਾਂ ਵੇ ਕੁਛ ਨਹੀਂ ਦੀਦਾ ਚਲੋ ਜੀ ਲਾਈਟਾਂ ਹੋ ਗਈਆਂ ਸਾਫ਼ ਮਗਰਮੀਆਂ ਵੀ ਕਰਦੀ ਹੈ ਮਗਰੋਂ ਵੀ ਭਰੀਆਂ ਪਈਆਂ ਹੋਣੀਆਂ ਹਾਂ
ਲੋੜ ਬਹੁਤ ਲੰਬਾ ਹੋ ਜਾਂਦਾ ਨਾ, 32 ਫੁੱਟ ਉਹ 32 ਆ, 64 ਫੁੱਟ ਆ ਹੋ ਜਾਂਦਾ ਲੰਬਾਈ। ਤੇ ਲਾਈਟਾਂ ਲੂਟਾਂ ਕਰਤੀਆਂ ਸਾਫ ਆਪਾਂ, ਤੇ ਹੁਣ ਸੈੱਟ ਆ ਘਣੀ, ਇੱਥੋਂ ਤੇਲ ਪਵਾ ਕੇ ਉੱਥੇ ਜਾਂਦੇ ਆਪਣੇ ਟਿਮੋ ਹਟਨ 'ਤੇ। ਬਾਈ ਨੇ ਟਰਨ ਗਲਤ ਮਾਰਦੀ, ਕਾਰ ਵਾਲਾ ਹੋਰਨ ਮਾਰੀ ਜਾਂਦਾ ਉਹਨੂੰ ਪਿੱਕੇ ਵਾਲਾ, ਅਤੇ ਤੇਲ ਪਈ ਜਾਂਦਾ ਆਪਣੇ ਨਾਲ ਵੀ ਇੱਕ ਚੱਕਰ ਚੱਲਿਆ ਮਤਲਬ। ਉਹ ਮੈਂ ਲਿਆਂਦਾ ਸੀ ਏਅਰ ਫਰਾਇਰ ਕੱਲ੍ਹ ਵਾਲਮਾਰਟ 'ਚੋਂ, ਅਤੇ ਮੈਨੂੰ ਸੀਗਾ ਵੀ ਚੱਲ ਚਿਕਨ ਕੁੱਕ ਕਰਕੇ ਖਾਇਆ ਕਰਾਂਗੇ ਆਪਦਾ, ਹੈ ਨਾ। ਉਹ ਪਰ ਹੋਰ ਹੀ ਚੱਕਰ ਚੱਲ ਗਿਆ ਆਪਣੇ ਦੂਜਾ ਇਨਵੈਟਰ ਦਾ ਹੈਗਾ 2500 ਵਾਟ ਦਾ, ਜਿਹੜਾ ਏਅਰ ਫਰਾਇਰ ਹੈਗਾ ਉਹ ਹੈਗਾ ਦੂਜੇ ਦਾ ਕੀ ਉਹਦਾ ਨਾਂ ਆ 1500 ਵਾਟ ਦਾ, ਹੈ ਨਾ। ਪਰ ਪਤਾ ਨਹੀਂ ਕਿਉਂ ਪਤਾ ਅੰਦਰ ਉਹ ਬੰਦ ਹੋ ਜਾਂਦਾ, ਜਾਂ ਫਿਰ ਇਨਵੈਟਰ ਵੱਡਾ ਲਾਉਣਾ ਪਊਗਾ, ਦੇਖਦੇ ਹਾਂ, ਜਾਂ ਫਿਰ ਇਨਵੈਟਰ ਬਦਲਾਂਗੇ ਕਿੰਨੇ ਕੁ ਦਾ, ਹੈ ਨਾ। ਹੋਰ ਹੀ ਜਾਬੇ ਪੈ ਗਿਆ, ਹੁਣ ਟੈਮ ਹੁਣ ਤਾਂ ਚੱਕਣਾ ਪੈਣਾ, ਇੱਕ ਟੈਮ ਤਾਂ ਚੱਕ ਰਹੇ ਹਾਂ। ਚੱਕ ਲਿਆਂਦਾ ਸੈਲਡ ਅਤੇ ਕੌਫੀ, ਉਹ ਤਾਂ ਆਪਣੀ ਬਣੀ ਨਹੀਂ ਗੱਲ ਆ, ਦੂਜੀ ਤਾਂ ਕੀ ਉਹਦਾ ਨਾਂ ਆ ਕੀ ਉਹਨੂੰ ਕਹਿੰਦੇ ਯਾਰ, ਏਅਰ ਫਰਾਇਰ ਵਾਲੀ, ਉਹ ਚੱਲਦਾ ਹੀ ਨਹੀਂ ਮੈਨੂੰ ਲੱਗਦਾ, ਜਾਂ ਫਰਿੱਜ ਫਰੁੱਜ ਚੲੱਲਦੀ ਨਾਲ ਕਰਕੇ ਨਾ, ਉਹਦੇ ਕਰਕੇ ਚੱਕਰ ਚੱਲਦਾ ਥੋੜ੍ਹਾ ਜਿਹਾ, ਜਾਂ ਇਨਵੈਟਰ ਚੇਂਜ ਕਰਨਾ ਪਊ। ਕੀਤਾ ਹੀ ਮੁੰਡੇ ਨੇ ਫੋਨ, ਉਹਨੇ ਚੱਕਿਆ ਨਹੀਂ ਪਤੰਦਰ ਨੇ, ਮੈਂ ਕਿਹਾ ਉਹਨੂੰ ਪੁੱਛਦਾ ਵੀ ਉਹ ਇਲੈਕਟ੍ਰੋਨਿਕ ਦਾ ਕੰਮ ਕਰਦਾ, ਉਹਨੂੰ ਪਤਾ ਹੋਣਾ। ਚੱਲ ਆਇਆ ਉਹਦਾ ਫੋਨ, ਤੈਨੂੰ ਪੁੱਛਦੇ ਹੈ ਨਾ ਕੀ ਹਿਸਾਬ ਕਿਤਾਬ ਆ, ਕਿਵੇਂ ਲੱਗਦੀ ਹੈ ਘੈਂਟ ਆ ਗੱਡੀ, 64 ਫੁੱਟ ਆ ਲੋਡ, ਹੈ ਲੋਡ ਫੇਵਰਟ ਆਪਣਾ ਇਹ। ਚਲੋ ਮਿੱਤਰੋ, ਤੁਰਦੇ ਹਾਂ ਮਾਰਦੇ ਹਾਂ। ਬਾਬੇ ਦੀ ਘੜੀ ਦਾ ਕਿਤੇ ਟੈਂਪਰੇਚਰ ਪਲੱਸ 'ਚ ਆਇਆ, 1+ ਹੋ ਗਿਆ ਟੈਂਪਰੇਚਰ। ਲਾਈਟਾਂ ਲੂਟਾਂ ਥੋੜ੍ਹੀਆਂ ਭਰੀਆਂ, ਉੱਦਾਂ ਮੈਨੂੰ ਸੀਗਾ ਵੀ ਜ਼ਿਆਦਾ ਭਰ ਗਈਆਂ, ਇੰਨੀ ਕੁ ਲੋਡ 'ਤੇ ਸਨੋਹ ਚੁੰਬੜੀ ਪਈ ਆ, ਇੰਨਾ ਕੁ ਲੋਡ ਬਾਹਰ ਆ ਆਪਣੇ 2 ਫੁੱਟ ਟ੍ਰੇਲਰ ਤੋਂ ਹੋਰ ਹੈਂਗ ਹੋਣਾ, ਹੈ ਨਾ, ਇੰਨਾ ਕੁ ਹੀ ਮੋਹਰੇ ਆ। ਅਤੇ ਉਹ ਹੋਰ ਲੱਗਦਾ ਚੱਲ 32 ਫੁੱਟਾ ਟ੍ਰੇਲਰ ਹੀ ਆ, ਉਹ ਗਾਂਹ ਨੂੰ ਥੋੜ੍ਹਾ ਜਿਹਾ ਸਲਾਈਡ ਕਰਤਾ ਸੀ, ਹੈ ਨਾ, ਵੀ ਇੱਕ ਦੂਏ ਦੇ ਵਿੱਚ ਨਾ ਫਸਣ ਮੁੜ ਕੇ। ਚਲੋ ਲਾਈਟਾਂ ਕਰ ਲਈਏ ਸਾਫ, ਅਤੇ ਮਾਰੀਏ ਗੇਅਰ ਬੁੱਕ ਵੀ, ਆਪਣੇ ਕੋਲ 1.5 ਘੰਟੇ ਦੀ ਰਹਿ ਗਈ, ਇੱਥੇ ਜਾ ਕੇ ਕਿਤੇ ਪੈ ਜਾਂਦੇ ਗਾਹਾਂ, ਦੇਖਦੇ ਹਾਂ। ਉਹ ਬੋਲਿਆ ਨੇ ਕਰ ਲਈਏ ਥੋੜ੍ਹੀਆਂ, ਬਸ ਹੋ ਗਈਆਂ ਜੀ ਡਨ। ਲਓ ਜੀ ਲਾਈਟਾਂ ਚਮਕਾਤੀਆਂ ਜੱਟੋ, ਫਿਰ ਟੀ ਸ਼ਰਟ ਜੀ ਤੁਰੇ ਫਿਰਦੇ ਹਾਂ, ਕਿਉਂਕਿ ਸਹੀ ਹੈ ਵੈਦਰ ਵੂਦਰ, ਇੱਥੇ ਠੰਡ ਠੰਡ ਹੈ ਨਹੀਂ ਹੁਣ, ਇੱਕਦਮ ਅੱਜ ਚੱਲ ਐਂ ਆ ਵੀ ਟਰੱਕ ਵੀ ਬੰਦ ਕਰਕੇ ਸੌਵਾਂਗੇ, 2 ਦਿਨ ਹੋ ਗਿਆ ਨਹੀਂ ਤਾਂ ਟਰੱਕ ਸਟਾਰਟ ਹੀ ਆ, ਸਟਾਰਟ ਟਰੱਕ ਹੀ ਯਾਰ, ਆਰਤ ਨਹੀਂ ਹੈਗੀ ਮੈਨੂੰ ਸੌਣ ਦੀ, ਨੀਂਦ ਨਹੀਂ ਆਉਂਦੀ, ਨੀਂਦ ਨਾ ਪੂਰੀ ਹੋਈ ਹੋਵੇ ਤਾਂ ਫਿਰ ਤੁਹਾਨੂੰ ਪਤਾ ਹੀ ਆ, ਫਿਰ ਸਾਰੀ ਦਿਹਾੜੀ ਫਿਰ ਦਿਮਾਗ ਜਿਹਾ ਖਰਾਬ ਹੀ ਦਿੰਦਾ, ਹੈ ਨਾ। ਹੋ ਬੱਲਿਆਂ ਦੇ, ਚਲੋ ਵੀ ਮਾਰੀਏ ਗੇਅਰ ਹੁਣ, ਡੋਨ ਹੈਲੀ ਜੀ ਪੈ ਜਾਣੀ ਆ ਟੋਨ ਵਾਲੀ, ਬਾਕੀ ਤਾਂ ਸੁੱਤੀ ਹੈ ਤੁਹਾਨੂੰ। ਚਲੋ ਵੀ ਮਿੱਤਰੋ ਮਾਰੀਏ ਗੇਅਰ। ਗੁੱਡ ਮਾਰਨਿੰਗ ਮਿੱਤਰੋ, ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ ਸਾਰੇ, ਠੀਕ ਠਾਕ ਹੀ ਚਾਹੀਦੇ ਆ।
ਡਰਾਈਵਰ ਦੇਖ ਲਓ ਯਾਰ, ਕੱਲ੍ਹ ਦਾ ਐਂ ਹੀ ਤੁਰਿਆਉਂਦਾ, ਇੱਦਾਂ ਹੀ ਚੱਲੀ ਜਾਂਦਾ, ਇੱਦਾਂ ਹੀ ਬਾਹਲਾ ਬੁਰਾ ਹਾਲ ਹੋਇਆ ਪਿਆ, ਵਾਈਟ ਆਊਟ ਹੀ ਹੋਇਆ ਪਿਆ ਕੰਮ। ਕਿਉਂ ਯਾਰ ਕੱਲ੍ਹ ਦੇ ਤੁਰਿਆ ਨਾ, ਵੈਦਰ ਸਹੀ ਦੇਖਣ ਨੂੰ ਮਿਲਿਆ ਜੀ, ਕਿਤੇ ਮਾੜਾ ਮੋਟਾ ਕਿਤੇ ਚੰਗਾ ਆ ਜਾਂਦਾ ਸੀਗਾ, ਅਤੇ ਨਹੀਂ ਤਾਂ ਆਹ ਚੀਜ਼ ਚੱਲੀ ਜਾਂਦੀ ਆ, ਸਾਰਾ ਹੀ ਵਾਈਟ ਆਊਟ ਹੋਇਆ ਪਿਆ, ਰੋਡ ਲੈਦੇ ਨਹੀਂ ਹੈਗੇ। ਅੜੇ ਉੱਧਰੋਂ ਬਾਈ ਹਿੱਲਾਂ ਚੜ੍ਹਦੇ, ਇੱਧਰ ਨੂੰ ਆ ਹੁਣ ਡਾਉਣ ਹੈ, ਲਾਵਾਂ ਵੀ ਹੌਲੀ ਜਾਂਦਾ ਫੋਰ ਵੀਲ ਆ ਕੇ ਹੈ ਨਾ, ਅਤੇ ਉੱਧਰੋਂ ਜਿਹੜੇ ਚੜ੍ਹਦੇ ਉਹ ਬਾਈ ਕਿਤੇ ਚੇਨਾ ਪਾ ਕੇ ਆਉਣ ਡੇ, ਜਿਹੜੇ ਲੁੱਟਾਂ ਵਾਲੇ ਆ ਅਤੇ ਲੁੱਟ ਚੜ੍ਹਦੀ ਆਏ ਅੱਗੇ, ਇੱਕ ਇੱਥੇ ਖੜ੍ਹਾ ਹੀ ਬਾਈ ਚੇਨਾ ਲਾਈ ਆ ਬਾਈ ਹੈ ਨਾ, ਅਤੇ ਸਪਿੰਨ ਮਾਰੀ ਜਾਂਦੇ ਆ ਟਰੱਕ ਉੱਥੋਂ, ਐਂ ਲਈਏ ਵੀ ਲੇਡੀ ਲੇਡੀ ਬਹੁਤ ਪੈ ਜਾਂਦੀ ਆ ਤਾਂ ਨੂੰ ਹੈ ਨਾ, ਅਤੇ ਉਹਦੇ ਕਰਕੇ ਲੱਭ ਪੈਂਦੇ ਆ ਉੱਦਾਂ ਕਰਨ ਵਾ ਕੇ, ਕਸੂਰ ਵੀ ਆ ਅਤੇ ਭਾਰ ਬਹੁਤ ਹੋ ਜਾਂਦਾ ਨਾ, ਅਤੇ ਮਗਰਲਾ ਟਰੇਲਰ ਪਿੱਛੇ ਨੂੰ ਖਿੱਚੀ ਜਾਂਦਾ ਹੈਲ, ਅਤੇ ਫਿਰ ਉਹ ਵੇਟ ਮਗਰ ਨੂੰ ਚੱਲ ਜਾਂਦਾ ਨਾ ਸਾਰਾ, ਉਹਦੇ ਕਰਕੇ ਅਤੇ ਲੱਭ ਪੈਂਦਾ ਅਲਤਾਈਆਂ ਕਰਦਾ। ਪਰ ਡਿਫੈਂਸ਼ੀਅਲ ਲੋਕ ਜੇ ਮੈਂ ਉਹਦਾ ਲਾ ਲੈਂਦਾ ਹਾਂ ਨਾ, ਅਤੇ ਡਰੈਕਸ਼ਨ ਵਾਲਾ ਵੀ ਹਿੱਲ ਦਿੱਤੇ ਬੰਦ ਕਰ ਦੇਈਦਾ, ਡਾਊਨ ਹਿੱਲ ਅਤੇ ਕਰ ਦੇਈਦਾ ਦੂਜਾ, ਆਹ ਬਾਈ ਦੇ ਵੀ ਚੇਨਾਂ ਪਾਈਆਂ ਲਾ ਲਈਆਂ, ਆਹ ਇਹਦੇ ਵੀ ਚੇਨਾਂ ਪਾਈਆਂ ਲਿਆ ਬਾਈ ਨੇ ਡੱਬ ਵਾਲੇ ਦੇ, ਉਵੇਂ ਚੜ੍ਹਦੇ ਨਹੀਂ ਨਾ ਉੱਦਾਂ ਟਰੱਕ, ਉਹਦਾ ਮੈਨੂੰ ਪਤਾ ਚੱਕਰ ਪੈਂਦਾ, ਮੁੰਡਾ ਦੱਸ ਕੇ ਗਿਆ ਰੇਡੂ ਦੀ ਆਵਾਜ਼ ਮਾਰ ਕੇ ਗਿਆ ਬਾਈ, ਮੈਂ ਕਹਿੰਦਾ ਹੌਲੀ ਛੱਡੀ ਹਿੱਲ ਦਾ ਬਾਈ, ਉੱਧਰੋਂ ਟਰੈਫਿਕ ਖੜ੍ਹਦੀ ਜਾਂਦੀ ਆ ਅਤੇ ਵੀ ਹਿਸਾਬ ਦੇ ਨਾਲ ਹੀ ਲਾਈ ਵਾਲਾ ਡਾਊਨ ਹਿੱਲ ਵੀ ਬਾਈ ਖੜਾ ਚੇਨਾ ਪਾਈ ਜਾਂਦਾ, ਟਰੈਫਿਕ ਜੀ ਸਾਰੀ ਖੜੀ ਆ, ਹੋਣ ਆ ਲੂਣ ਵਾਲਾ ਆ, ਲੂਣ ਸਿੱਟੀ ਜਾਂਦਾ ਸ਼ਾਇਦ ਤੁਸੀਂ ਦੇਖਦੇ ਹੋਵੋਗੇ ਲੈਫਟ ਸਾਈਡ ਦੇ ਕਾਲਾ ਕਾਲਾ ਜਿਹਾ ਨਾ, ਹੋਣ ਉਹਨੇ ਸ਼ੈਂਡ ਸੁਣੀ ਸਿੱਟੀ ਆ, ਹੋਣ ਲੱਗੇ ਆ ਟਰੱਕ ਚੜ੍ਹਨ, ਜਿਹੜੇ ਪਹਿਲਾਂ ਦੇ ਖੜੇ ਖੜੇ ਸੀ ਬਾਈ ਉਹ ਚੇਨਾ ਚੂਨਾ ਪਾ ਕੇ ਚੜ੍ਹੇ ਆ, ਅਤੇ ਡਰਾਈਵਰ ਜੀ ਇੱਦਾਂ ਹੀ ਆ ਮਾੜਾ ਹੀ ਆ, ਅਤੇ ਬਸ ਪੈਸੇ ਦਾ ਫੋਨ ਆਇਆ ਮੈਨੂੰ ਕਹਿੰਦੇ ਲੋੜ ਆ ਲਾ ਦੂੰਗਾ ਅੱਜ ਬੈਂਕ ਦੀ ਲੋੜ ਲਾ ਦੇਵਾਂਗੇ, ਕਹਿੰਦੇ ਵੀ ਚੱਲ ਸਵੇਰੇ ਚੱਕ ਨਹੀਂ ਮੈਂ ਚੁਕਾ ਵੀ ਦਿਓ ਅੱਜ ਵੀ ਚੁਕਾ ਦੂੰ ਤਾਂ ਬਾਲੀ ਵਧੀਆ ਗੱਲ ਆ, ਕਹਿੰਦੇ ਵੀ ਲਾਗੇ ਆਣ ਕੇ ਦੇ ਨਹੀਂ ਵੀ ਟਰਾਈ ਕਰਕੇ ਦੇ ਨਹੀਂ ਹੈ ਨਾ, ਅਤੇ ਪੁਲਿਸਾਂ ਨਾਲ ਇਹਦੇ ਚੱਕਣਾ ਇਹਨਾਂ ਦੇ ਅੱਗੇ ਚੱਕ ਲੈਂਦੇ ਆਪਾਂ, ਅਤੇ ਬਾਕੀ ਚਲੋ ਦੇਖਦੇ ਹਾਂ ਕੀ ਹਿਸਾਬ ਕਿਤਾਬ ਆ, ਅਤੇ ਗਾਂਹ ਦਾ ਮੁੰਡਾ ਕਹਿੰਦਾ ਠੀਕ ਹੀ ਆ, 15 ਕੁ ਮਿੰਟ ਹੀ ਹੋਰ ਖਰਾਬ ਆ, ਅਤੇ ਗਾਂਹ ਦਾ ਕਹਿੰਦਾ ਜੀ ਵਧੀਆ ਪਿਆ ਤੁਹਾਡਾ ਪਾਣੀ ਪੂਣੀ ਆਉਣ ਦਾ ਕੋਈ ਚੱਕਰ ਨਾ ਕਰਨੀ, ਅਤੇ ਤੁਸੀਂ ਜਾਵਾਂਗੇ ਹੈ ਨਾ, ਹੋਰ ਬਾਈ ਸੁੱਖ ਵੀ ਵਾਲਾ ਮੁੰਡਾ ਹੀ ਜਾਂਦਾ, ਉਹ ਬਹੁਤ ਖਿੱਚ ਕੇ ਲਿਆ ਬਾਣੀ ਤੇ ਜਿਹੜਾ ਉਹਦਾ ਲੜਾਈ ਦਿੱਤਾ ਬੰਦੇ, ਪਰ ਉਹ ਪੂਰੇ ਡਰਾਈਵਰ ਵਾਲਾ ਹੌਲੀ ਜਾਂਦਾ ਆ, ਅਤੇ ਧਿਆਨ ਨਾਲ ਡਾਊਨ ਹੈਲ ਅਤੇ ਕਰਦੇ ਹਾਂ ਗਾਂਹ ਅਪਡੇਟ, ਦੇਖਦੇ ਹਾਂ ਕੀ ਬਣਦਾ, ਅਤੇ ਹੌਲੀ 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 ਚੱਲਦੇ ਹਾਂ ਸਾਡੇ ਸਾਡੇ ਕਿੰਨੇ ਹੁੰਦੇ ਆ, ਟ੍ਰੇਨ ਜਾ ਰਹੀ ਹੈ ਨਾ ਟਨਲਾਂ ਦੇ ਵਿੱਚ ਵੀ, ਛੋਟੇ ਛੋਟੇ ਟਨਲ ਜਿਹਾ ਬਣਾਏ ਹੋਏ ਆ, ਬਹੁਤ ਵਧੀਆ ਲੱਗਦਾ ਟਨਲਾਂ ਨਾਲ ਪਾਣੀ ਵਗਦਾ ਇੱਥੇ, ਹਾਈਵੇ ਦੇ ਵਿਊ ਬੜੇ ਸੋਹਣੇ ਹੁੰਦੇ ਆ ਇੱਥੇ, ਅਸਾਂ ਰੋਡ ਜਿਹਾ ਡਰਾਈ ਆਇਆ ਕੱਲ੍ਹ ਦਾ, ਬਹੁਤ ਬੁਰਾ ਹਾਲ ਸੀਗਾ ਰੋਡ ਦੇ, ਬੜਾ ਜ਼ਿਆਦਾ ਜੰਮਿਆ ਹੋਇਆ ਸੀਗਾ ਹੈ ਨਾ, ਹੁਣ ਸਹੀ ਆ ਹੋਇਆ, ਇਹਦੇ ਨਾਲ ਨਾਲ ਪਾਣੀ ਪੂਣੀ ਵਗਦਾ ਪੂਰਾ ਵਧੀਆ, ਹਾਣ ਦਾ ਵਿਊ ਹੈ ਨਾ ਲੱਗਾ ਪਿਆ। ਇੱਥੇ 2 ਕੁ ਸਾਲ ਪਹਿਲਾਂ ਫਲੱਡ ਆਏ ਸੀ, 15 ਕੁ ਬ੍ਰਿਜ ਹੀ ਨਹੀਂ ਬਣ ਰਿਹਾ ਹਜੇ ਤੱਕ, ਬਹੁਤ ਟਾਈਮ ਲਾਤਾ, ਹਾਂ ਨਾਲ ਨਾਲ ਟ੍ਰੇਨ ਚੱਲਦੀ ਆ ਇੱਥੇ, ਕ੍ਰੀਕ ਟੂ ਹੋਪ ਵਾਲਾ ਹਾਈਵੇ ਬਣ, ਵਿਊ ਬੜੇ ਸੋਹਣੇ ਹੋਏ ਆ ਇੱਥੇ, ਬਹੁਤ ਸੋਹਣੇ ਵਿਊ ਆ ਆਉਂਦੇ ਆ ਹੈ ਨਾ, ਟ੍ਰੈਫਿਕ ਜਾਣ ਡਿਆ 2-3 ਦੀ ਸਪੀਡ ਦੇ ਹੈ ਨਾ, ਉੱਥੇ ਗਾਂਹ ਕਿਤੇ ਰੋਕਦੇ ਰੁਕਦੇ ਆ, ਉੱਥੇ ਮੈਨੂੰ ਲੱਗਦਾ ਟੈਂਪਰੇਰੀ ਬ੍ਰਿਜ ਰੱਖਿਆ ਹੋਇਆ ਹੈ ਨੀ, ਅਤੇ ਉੱਥੋਂ ਹੌਲੀ ਗੜਕਣ ਪਾਉਂਦੇ ਆ ਨਾ, ਮਗਰ ਵੀ ਉਹ ਤਾਂ ਬਹੁਤ ਲੈਣ ਲੱਗੀ ਪਈ ਆ, ਇੱਧਰੋਂ ਵੀ ਸਾਰੀ ਟ੍ਰੈਫਿਕ ਮੂਹਰੇ ਆਉਂਦੀ ਆ, ਕਿਉਂਕਿ ਉੱਧਰੋਂ ਹਾਲੇ ਕੋਕ ਬੰਦੇ ਹੀ ਆ ਕਹਿੰਦੇ, ਉੱਧਰੋਂ ਜਿਹੜਾ ਗੋਲਡਨ ਤੋਂ ਰੈਵਰ ਸਟੋਕ ਤੱਕ ਹਾਈਵੇ ਬੰਦ ਆ, ਉਹ ਵੀ ਪਹਿਲਾਂ 10 ਵਜੇ ਖੁੱਲ੍ਹਣਾ ਸੀ ਅਤੇ 12 ਵਜੇ ਕਰਤਾ, ਹੁਣ 2 ਵਜੇ ਕਰਤਾ ਦੁਪਹਿਰ ਦੇ, ਅਤੇ ਛੋਟੇ ਨਾਲ ਹੋਈ ਜੀ ਗੱਲ, ਉਹ ਕਹਿੰਦਾ ਸਨੋਹ ਸਨਾਹ ਵੀ ਕਹਿੰਦਾ ਦੱਸੀ ਆ ਭਾਅ ਜੀ, ਕਹਿੰਦਾ ਉਹ ਆਪਣੇ ਦੂਜਾ ਸ਼ਨੀ ਸ਼ਨੀਵਾਰ 'ਤੇ ਕਹਿੰਦਾ ਸਨੋਹ ਪੈਣੀ ਆ ਇੱਦਾਂ ਹੀ ਕੰਟੀਨਿਊ, ਟਾਈਮ ਨਾਲ ਲੋਡ ਲਾ ਕੇ ਅਤੇ ਚੱਕ ਹੋ ਜਾਵੇ ਤਾਂ ਬਾਹਲੀ ਵਧੀਆ ਗੱਲ ਆ, ਬਾਕੀ ਦੇਖਦੇ ਹਾਂ ਕੀ ਬਣਦਾ, ਜਾ ਕੇ ਲੋਡ ਵੀ ਧਵਾਉਣਾ ਪੈਣ ਡਿਆ, ਉਹ ਖਾਤਾ ਪੀਤਾ ਵੀ ਨਹੀਂ ਕੁਛ ਹਾਲੇ, ਵੇ ਫਾਟ ਵੀ ਕਰਨਾ ਹਾਲੇ, ਆਓ ਕਿੰਨਾ ਸੋਹਣਾ ਮੌਸਮ ਅਤੇ ਵਿਊ ਚੈੱਕ ਕਰੋ ਮਿੱਤਰੋ, ਆਹ ਖੜੀ ਆ ਗੱਡੀ ਆਪਣੀ, ਇੱਧਰ ਤੁਹਾਨੂੰ ਦਿਖਾਉਣਾ ਥੱਲੇ ਡੈਚੀ ਹੈਗੀ ਆਪਣੀ ਖੱਡ ਜੀ, ਅਤੇ ਮੈਂ ਕਿਹਾ ਨਾਲੇ ਖੜਕੇ ਮਾੜਾ ਜਿਹਾ ਖਾ ਲੈਂਦੇ ਹਾਂ, ਦੱਬੀ ਚੱਲਾਂਗੇ ਅਤੇ ਨਾਲੇ ਮਾੜਾ ਜਿਹਾ ਧਾਰ ਧੂਰ ਮਾਰ ਲੈਂਦੇ, ਟਾਇਰ ਟੂਰ ਚੈੱਕ ਕਰ ਲੈਂਦੇ ਹਾਂ ਨਾ, ਵਿਊ ਚੈੱਕ ਕਰੋ ਬਹੁਤ ਸੋਹਣੇ ਆ,
नाल पानी चलता, ट्रेन चलती है नाल सी एन दी, कोला कोला लई जांदे आ भाई पहाड़ा वे, स्नोह स्नोह पई है ना। इतों इन्ना गौर है किता है मूहरे लोड 32-38 फुट लोड है, क्या नज़ारे आ वादिया भी हिमाचल वाली फीलिंग आ जाती है। कोई आ जाल जूल पाया नहीं भी, पत्थर पुत्थर ना डिगे कोई रोड से, माड़ा झोटा अपना है, ब्रेकफास्ट अपना रेडी आ। रात चिया सीड भेजते थे तो ओटमील भेजती बच्चे, प्रोटीन पा लिया तो ब्लूबेरी पा ली, आह पंपकिन सीड पा लिया, सैटा घनी हूँ तुरद आप गए वाश वाले लोड करी जाते वाश, जो रिक्वायरमेंट होंगी भी लोड तो आ के लाना पैना है ना, पेपर से स्टैंप लवा ली आने पाए दें बाइय में जो शीशा तो पानी जहाँ मारता था मार ही दिता मतलब इधर हाँ करते क्लीन पर अद्धा कि चीता लगता पुछते हैं बाई ने जो मारता था। चलो लगे बाई धोन मारी जाए पानी, शुक्र हाँ महाराज की घड़ी आ लाई जाते लोड उपरले पैकेज ला लिया बहा थे रह गए, बंदा कहना चकरे कोई नहीं तू लोड चकना जाके छेती दिन लोड ला देना आप हाँ ला दे भरावा भजना जाके है ना। दूजे कहें साढ़े तीन तक आ गया तो लोड कर देवे, नहीं नहीं करते कहते इतने आ ट्रेना ट्रूना करके लोड यूरोप में जाता चाइना चूना में जाता लंबर सारा ये बहुत कंटेनर 40 फुट लोड करके भेज दे यूरोप में। मित्रों मैं आ गया इतने वालमार्ट फेर फलाट जहाँ मोड़ना ट्रेलर उन्होंने कस्टमर के छटिया तो ट्रक कला ले आता बहुत ढेर फेर फलाट तो मोड़ लिया तो पर छोटा नहीं लभा घट बाहर वाला है ना, पानी मुका ही पानी ले आता चल आह ड्राई फ्रूट ही लै आता थोड़ा सैलड च पाने है ना। तो हम कनेडियन टायर वालों किया फोन, वो कहने भी साढ़े को है पांच स्टॉक के बच्चे उन्होंने जाके देखते हैं उन्होंने छक लियाने लोड वाले तो यार बहुत औखा किया, पहले कहते कर देवे मुड़ के जब उत्थे चल गया फिर मुकर गया कहते अज नहीं करना फिर करा। चलो आओ ताकि मर्जी ट्रेलर कहते छड़ जा इतने आता खा पी जा घूम फेरा तो सवेरे आ जाइए कहते चलो चलने कनेडियन टायर भाजी शुभरो 1000 वाट वाला मिल गया दे दे हम ट्राई करके चलता कि नहीं, बदलवाई हुई पई है पूरी देखो रिचमेंट बीसी है चलता ट्रैफिक इधरों खोलता गेट कर लिए ट्रेलर हुक अपने इतों अंदर नहीं भाई कहने ही सौ रात के बहर ही सौ गए रोड देते ही खोलते गेट गूट नहीं कहते कर लो हुक लिया कहना शेड के बच्चे उत्थे लोड कर देने शुक्र आ भरावो अलमूनियम जी लोड करी जाते हैं आई है जर्मनी तो जर्मनी ले बेट का कहना लाइट ही 55,000 ही और परले पासे उधर एक पैकेज रखना तीन रखे उपर ना चार रखने उधर तो एक कहना स्कैड इतें रख देनी है तो 55,000 वेट आ सैटा का नहीं कहता दब नहीं फटी मीह पी जाता बहर टार पे थोड़ी प्रोपर तरीके पानी पैनी है क्योंकि इन्हों भी खराब ना लोड है ना। ऐतकी फिर बच्चे थोड़ा जहा कैलगरी का बाकी एडमिंटन का सारा तो कैलगरी तो कहना एक अद्धी स्कैडी खरे एक दो स्कैडा बाकी लाने हिसाब कोई नहीं कदा की करते चेक करो पूरा ਕੀ ਜੇ ਮੁੜ ਕੇ ਰੋਟੀ ਪਾਣੀ
ਪਤਾ ਨਹੀਂ ਚਾਰ ਦਿਨ ਹਲੇ ਵੀ ਉੱਧਰ ਰੱਬ ਸਾਹਿਬ ਦਾ ਬੋਲਣ ਬੋਲਣ ਵਾਲਾ ਕਹਿੰਦੇ ਹੈਗੀ ਆ ਹਲੇ ਵੀ ਸੈਚਰਡੇ ਤੱਕ ਕੱਲ੍ਹ ਤੱਕ ਪੈਣੀ ਹੋਣੀ ਆ ਟੈਂਪਰੇਚਰ ਵੀ ਮਾਈਨਸ ਹੀ ਆ ਕਹਿੰਦੇ ਵੀ ਪਿੰਡ ਉੱਥੇ ਠੀਕ ਹੈ ਮਿੱਤਰੋ ਮਿਲਦੇ ਹਾਂ ਗੁੱਡ ਵੰਡ ਜੀ।